ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਪੂਰੇ ਪੰਜਾਬ ਦੇ ਵਿੱਚ ਹੀ ਸੈਂਪਲਿੰਗ ਸਟਾਰਟ ਹੋਈ ਹੋਈ ਹੈ ਤੇ ਅਸੀਂ ਵੀ ਆਪਣੇ ਏਰੀਆ ਵਿੱਚ ਸੈਂਪਲਿੰਗ ਕਰ ਰਹੇ ਹਾਂ ਅੱਜ ਸਵੇਰ ਤੋਂ ਵੀ ਅਸੀਂ ਕਾਫੀ ਜਗ੍ਹਾ ਧੂਰੀ ਸਾਈਡ ਵੀ ਸੈਂਪਲਿੰਗ ਕੀਤੀ ਹੈ ਤੇ ਅੱਜ ਅਸੀਂ ਘਰਾਚੋਂ ਦੇ ਵਿੱਚ ਕਾਕਾ ਡੇਰੀ ਕਾਕਾ ਸਵੀਟ ਸ਼ਾਪ ਐਂਡ ਡੇਰੀ ਦੇ ਵਿੱਚ ਵੀ ਅਸੀਂ ਸੈਂਪਲਿੰਗ ਕੀਤੀ ਤੇ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਵੀ ਗਏ ਉਸ ਤੋਂ ਬਾਅਦ ਅਸੀਂ ਹੁਣ ਇਸ ਟਾਈਮ ਸੂਡਰ ਘਰਾਟ ਦੇ ਵਿੱਚ ਇੱਕ ਸ਼ਿਵਾ ਸਵੀਟਸ ਤੇ ਉੱਥੇ ਵੀ ਰੇਡ ਕਰ ਰਹੇ ਹਾਂ ਉੱਥੇ ਵੀ ਕੁਝ ਸਮਾਨ ਸਾਨੂੰ ਮਿਲਿਆ ਉੱਥੇ ਸੈਂਪਲ ਕਾਕਾ ਡੇਰੀ ਹੈ ਜੀ ਉੱਥੇ ਕਿਸ ਚੀਜ਼ ਦਾ ਆਪਾਂ ਨੂੰ ਸੈਂਪਲ ਭਰੇ ਗਏ ਨੇ ਤੇ ਮਾਹੌਲ ਤੁਹਾਨੂੰ ਕਿਹੋ ਜਿਹਾ ਲੱਗਿਆ ਪਹੁੰਚ ਕੇ ਜੀ ਦੇਖੋ ਇਹ ਜਿਹੜੀ ਸਵੀਟ ਸ਼ਾਪ ਹੈ ਇਹਦੇ ਵਿੱਚ ਸਾਫ਼ ਸਫਾਈ ਦਾ ਬਹੁਤਾ ਵਧੀਆ ਹਾਲ ਨਹੀਂ ਸੀ ਕਾਫੀ ਮੰਦਾ ਹਾਲ ਸੀ ਇਸ ਕਰਕੇ ਉਹਨੂੰ ਚਲਾਨ ਵੀ ਇਸ਼ੂ ਕੀਤਾ ਹੋਇਆ ਅਤੇ ਦੂਸਰਾ ਇਹ ਹੈ ਅਸੀਂ ਇਹਨਾਂ ਦੀ ਮਿਠਾਈ ਦੇ ਸੈਂਪਲ ਲੈ ਲੈਣੇ ਅਤੇ ਖਰੜ ਲੈਬ ਦੇ ਵਿੱਚੋਂ ਭੇਜ ਦਿੱਤੇ ਜਾਣਗੇ ਸਰ ਕਿਵੇਂ ਦੇਖਦੇ ਹੋ ਵੀ ਪੂਰੀ ਵਾਸ਼ਰੂਮ ਦੀ ਉਸੇ ਜਗ੍ਹਾ ਤੇ ਪਰ ਮਠਾਈਆਂ ਬਣਾਈਆਂ ਜਾ ਰਹੀਆਂ ਸੀ ਤੇ ਇੱਕ ਹੋਰ ਚੀਜ਼ ਸਰ ਉਹ ਮਠਾਈ ਦੇ ਕੁਆਂਟੀ ਲੱਗਦਾ ਵੀ ਇਹਨੇ ਮਠਾਈ ਇੱਥੇ ਬਣੀ ਹੋਊਗੀ ਹਾਂ ਇਸੇ ਕਰਕੇ ਅਸੀਂ ਇਹੀ ਦੇਖ ਰਹੇ ਹਾਂ ਵੀ ਇਹ ਮਠਾਈ ਇੱਥੇ ਇੰਨੀ ਬਣੀ ਲੱਗਦੀ ਨਹੀਂ ਹੈ ਜਿੰਨੀ ਬਣੀ ਹੋਊਗੀ ਬਟ ਕੋਈ ਕਿਉਂਕਿ ਵੱਡੀ ਕੋਈ ਵਰਕਸ਼ਾਪ ਨਹੀਂ ਹੈ ਉੱਪਰ